ਹਾਂਜੀ, ਅਤੇ ਫਾਈਨਲੀ ਉਹ ਟਾਈਮ ਆ ਗਿਆ ਵਾ ਕਿ ਤੁਹਾਨੂੰ ਹੁਣ ਦੱਸੀਏ ਕਿ ਅਸੀਂ ਕੀ ਲੈ ਕੇ ਆਏ ਹਾਂ। ਗਿਫਟ ਆ, ਮੈਂ ਤੁਹਾਡੇ ਨਾਲ ਬੜਾ ਅਰਸਾ ਪਹਿਲੇ ਗੱਲ ਕਰਦਾ ਰਿਹਾ ਵਾਂ, ਫਿਰ ਚੰਦ ਦਿਨ ਪਹਿਲੇ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ ਸੀਗਾ ਕਿ ਮੈਂ ਕੁਛ ਲੈ ਕੇ ਆਉਣਾ ਵਾਂ ਅਤੇ ਤੁਹਾਨੂੰ ਦਿਖਾਉਣਾ ਵਾਂ ਅਤੇ ਫਿਰ ਕੰਮ ਸ਼ੁਰੂ ਕਰਨਾ। ਇਹ ਮੇਰੀ ਖੁਆਇਸ਼ ਸੀਗੀ ਅਤੇ ਮੈਂ ਲੈ ਆਇਆ। ਅਬਦੁੱਲਾ ਦੱਸ ਫਿਰ, ਦਿਖਾ ਦੀਏ ਇਹਨਾਂ ਨੂੰ ਹੁਣ? ਨਹੀਂ ਨਹੀਂ ਭਾਈ, ਹਾਲੇ ਤੋਂ ਦਿਖਾਉਣਾ ਇਹਨਾਂ ਨੂੰ, ਗੈਸ ਕਰਨ ਪਹਿਲਾਂ ਅਸੀਂ ਕੀ ਲੈ ਗਏ, ਤੁਸੀਂ ਇਹਨਾਂ ਨੂੰ ਦੱਸਣ ਵੀ ਦੇ। ਗੈਸ ਗੈਸ ਕਰੋ, ਅੰਦਾਜ਼ਾ ਲਾਓ ਭਲਾ ਕੀ ਆ। ਆਓ ਪਿਆ ਸਰਪ੍ਰਾਈਜ਼ ਤੁਹਾਡਾ। ਅਸਲਾਮੁ ਅਲੈਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਦਾ ਬਹੁਤ ਖਾਸ ਟੂਰ ਹੋਣ ਵਾਲਾ ਵਾ, ਪਿੰਡ ਜਾਣਾ ਦਾਣੇ ਲੈਣ। ਇੱਕ ਤਾਂ ਦਾਣੇ ਲੈ ਕੇ ਆਉਣੇ ਆ, ਦੂਸਰਾ ਇੱਕ ਸਰਪ੍ਰਾਈਜ਼ ਆ ਤੁਹਾਡੇ ਵਾਸਤੇ। ਉਹ ਸਰਪ੍ਰਾਈਜ਼ ਹੀ ਰਹੇਗਾ ਜਦੋਂ ਵਾਪਸ ਆਵਾਂਗੇ, ਉਹ ਵਾਪਸ ਆਇਆ ਤੁਹਾਨੂੰ ਸਰਪ੍ਰਾਈਜ਼ ਦਿਖਾਉਣਾ ਵਾ। ਲਿਹਾਜ਼ਾ ਵੀਡੀਓ ਦੇ ਨਾਲ ਜੁੜ ਜਾਓ ਇੱਥੋਂ ਹੀ, ਅਤੇ ਹੁਣੀ ਤੋਂ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਣਕ ਲੈਣ ਜਾਣਾ ਸੀਗਾ ਪਿੰਡ, ਅਤੇ ਮਨ ਵੀ ਗੱਡੀ ਲੈ ਕੇ ਆ ਗਏ ਆ ਸ਼ਹਿਰ। ਹੁਣ ਇੱਥੇ ਆ ਕੇ ਇਹਨਾਂ ਕੋਲ ਬੈਠਾ ਵਾਂ, ਇੱਥੋਂ ਹੁਣ ਇਕੱਠੇ ਹੀ ਜਾਵਾਂਗੇ ਵਾਪਸ। ਕਣਕ ਸਤਾਰ ਨੇ ਵੀ ਲੈਣੀ ਆ ਮੇਰੇ ਨੇ, ਉਹਨੇ ਰਿਸ਼ਕਾ ਲੋਡਰ ਮੰਗਾਇਆ ਵਾ, ਮੰਗਾ ਕੇ ਅਤੇ ਸੁਬਾਹ ਦਾ ਮੈਨੂੰ ਫੋਨ 'ਤੇ ਫੋਨ ਕਰਨ ਦਿਆ ਚੱਲੀਏ। ਮੈਂ ਕਿਹਾ ਹੁਣ ਇੱਥੋਂ ਵਿਹਲੇ ਹੁੰਦੇ ਹਾਂ, ਮੈਂ ਇਕੱਠੇ ਚੱਲਦੇ ਹਾਂ। ਮਾਨੀ ਭਾਈ ਦੀ ਗੱਡੀ ਦਾ ਕੰਮ ਕਰਾਉਣ ਵਾਲਾ ਸੀ, ਮਿਲੇ 'ਚੋਂ ਗੱਡੀ ਖਿਲਾਈ ਸੀਗੀ ਸਤਾਰ ਦਾ, ਫਿਰ ਫੋਨ ਆਉਂਦੇ ਸੀ ਵਾਰ ਵਾਰ ਕੇ ਆਇਆ ਯਾਰ ਜਾਣਾ ਪਿੰਡ, ਟਾਈਮ ਨਾਲ ਦਾਣੇ ਲੈ ਆਈਏ। ਮਾਨੀ ਵੀ ਕਹਿੰਦਾ ਚਲੋ ਠੀਕ ਆ, ਤੁਸੀਂ ਚੱਲ ਜਾਓ, ਮੈਂ ਆ ਜਾਂਦਾ। ਸਤਾਰ ਉਹ ਪਿੱਛੇ ਰਿਸ਼ਕਾ ਲੈ ਕੇ ਆ ਗਿਆ, ਅਸੀਂ ਹੁਣ ਚੱਲੇ ਇੱਥੋਂ ਪਿੰਡ, ਦਾਣੇ ਲੈ ਆਈਏ, ਨਾਲੇ ਇੱਕ ਸਰਪ੍ਰਾਈਜ਼ ਚੀਜ਼ ਲੈ ਕੇ ਆਉਣੀ ਆ, ਉਹ ਤੁਹਾਨੂੰ ਇੱਥੇ ਆ ਕੇ ਦੱਸਾਂਗੇ। ਸਤਾਰ ਕਹਿੰਦਾ ਸ਼ਾਮਾਂ ਪਾਰਟੀਆਂ ਦਿੱਤੀ ਆਇਆ, ਸੁਬਾਹ 9 ਵਜੇ ਦਾ ਸਤਾਰ ਨੂੰ ਤਿਆਰ ਕੀਤਾ ਵਾ, 9 ਵਜੇ ਦਾ ਤਿਆਰ ਕੀਤਾ, ਟਾਈਮ ਭਲਾ ਕੀ ਹੋ ਗਿਆ, 4 ਵਜ ਗਏ। ਯੇ ਜੰਗ ਹਾਰ ਨਾ ਜਾਏ, ਸਿਪਾਹ ਕੈਦ ਮੇ ਹੈ, ਗੁਲਾਮ ਤਖਤ ਪੇ ਕਾਬਿਜ਼ ਹੈ, ਸ਼ਾਹ ਕੈਦ ਮੇ ਹੈ, ਕੈਦ ਮੇ ਹੈ, ਤੇਰੇ ਹਕੂਕ ਕੀ ਜ਼ਮਾਨਤ ਨਹੀਂ ਕੋਈ ਅਬ, ਗਰੀਬੇ ਸ਼ਹਿਰ ਤੇਰਾ ਖੈਰ ਹਾ ਕੈਦ ਮੇ ਹੈ। ਲਓ ਜੀ, ਫਾਈਨਲੀ ਪਿੰਡ ਅਸੀਂ ਪਹੁੰਚ ਆਏ ਹਾਂ। ਬੈਠਕ ਮੈਂ ਖੋਲ੍ਹੀ, ਮੈਂ ਕਿਹਾ ਸਰਦਾਰ ਜੀ ਆ ਜਾਓ ਬਈਏ ਫਿਲਹਾਲ, ਅਤੇ ਮਨੀ ਭਾਈ ਤਾਂ ਤੁਹਾਨੂੰ ਪਤਾ ਫੈਸਲਾਬਾਦ ਆ, ਇੱਥੇ ਮੈਂ ਇੱਕ ਦੋਸਤ ਨੇ ਆਪਣੇ ਉਧਰ ਜਾਣਾ ਵਾ, ਅਫਸੋਸ ਕਰਨਾ ਵਾ, ਇੱਕ ਫੌਤਗੀ ਹੋ ਗਈ ਸੀ, ਉਸ ਤੋਂ ਬਾਅਦ ਫਿਰ ਦਾਣੇ ਲੱਦਣੇ ਆ ਅਤੇ ਦਾਣੇ ਲਾ ਦੇ ਕੇ ਫਿਰ ਫੈਸਲਾਬਾਦ। ਜਿਹੜੀ ਸ਼ੈ ਮੈਂ ਲੈ ਕੇ ਜਾਣੀ ਆ ਨਾ, ਹੁਣ ਨਿਆਣੇ ਘਰ ਆ, ਪਤਾ ਨਹੀਂ ਲੈ ਕੇ ਜਾਣ ਦੇਣਗੇ ਜਾਂ ਨਹੀਂ। ਅਗਰ ਲੈ ਕੇ ਜਾਣ ਦਿੰਦੇ ਆ ਤਾਂ ਉਹ ਸਰਪ੍ਰਾਈਜ਼ ਆ ਤੁਹਾਡੇ ਲਈ, ਅਗਰ ਨਹੀਂ ਲੈ ਕੇ ਜਾਣ ਦਿੰਦੇ ਤਾਂ ਫਿਰ ਉਹ ਮੇਰੀ ਕਿਸਮਤ ਹੈ। ਜਿੱਦਾਂ ਕੁਰਬਾਨੀ ਦੇ ਬੱਕਰੇ ਨੂੰ ਪੱਠੇ ਛੱਟੇ ਖਵਾਈ ਦੇਣਾ ਕਿ ਲੈ ਰੱਜ ਕੇ ਖਾ ਲਾ, ਪਾਣੀ ਛਾਣੀ ਪੀ ਲਾ, ਮੁੜ ਕੇ ਤੈਨੂੰ ਛੁਰੀ ਫੇਰ ਦੇਣੀ, ਬਸ ਉਹ ਹਿਸਾਬ ਮੈਂ ਸਤਾਰ ਨਾਲ ਘਰ ਰਿਹਾ। ਰੋਟੀ ਮੈਂ ਲੈ, ਮੈਂ ਕਿਹਾ ਸਤਾਰ ਜੀ ਪਹਿਲੇ ਰੋਟੀ ਖਾ ਲਈਏ, ਇਸ ਤੋਂ ਬਾਅਦ ਫਿਰ ਆਟੋਮੈਟਿਕਲੀ ਜਦੋਂ ਅਸੀਂ ਜਾ ਕੇ ਉੱਥੇ ਚੁੱਕਣੇ ਨਾ ਥੇਲੇ ਮਾਣ ਮਾਣ ਦੇ, 17 ਥੇਲੇ ਆ ਅਤੇ ਕੁਰਬਾਨੀ ਸਾਡੀ ਅੱਪੀ ਹੋ ਜਾਣੀ। ਸਤਾਰ ਜੀ ਥੱਕ ਗਏ ਇੰਨੇ ਜੀ, ਜ਼ੋਰ ਆ ਗਿਆ ਨਾ, ਪਤਾ ਨਹੀਂ ਮੈਂ ਤਾਂ ਨਹੀਂ ਦੇਖੇ। ਇਬਰਾਹੀਮ ਵੋ ਇੱਕ ਆਪ ਉਠਾਓ, ਹੈਂ ਨਹੀਂ ਉਠਾਓ, ਨਹੀਂ ਬੱਚੇ ਹੋ ਆਪ, ਆਪ ਉਠਾ ਨਹੀਂ ਸਕਤੇ, ਹੈਂ ਬੱਚੇ ਹੋ, ਉਠਾ ਨਹੀਂ ਸਕਤੇ ਆਪ, ਹਾਥ ਕੀ ਅਸੀਂ ਡੂਟ ਜਾਣਾ। ਲਓ ਜੀ ਦਾਣੇ ਗਏ ਆ ਲੱਦੇ, ਅਤੇ ਅਸੀਂ ਹੁਣ ਇੱਥੋਂ ਨਿਕਲਣ ਲੱਗੇ ਹਾਂ। ਇਹ ਵੀ ਉਹੀ ਕੰਪਨੀ ਦੀ ਆ, ਇਹ ਵੀ ਉਹ ਕੋਸ਼ਿਸ਼ ਨੇ।
ਕੰਪਨੀ ਦੀ ਹੈ, ਇਹ ਵੀ ਉਹ ਖੁਸ਼ੀ ਨੇ। ਨੈਕਸਟ ਕੋਲਾ ਪੀਆ ਕਰੋ, ਨੈਕਸਟ ਕੋਲਾ ਪਾਕਿਸਤਾਨੀ। ਬਾਕੀ ਹੁਣ ਦਾਣੇ ਲੈ ਕੇ ਤੇ ਪਹੁੰਚ ਜਾਂਦੇ, ਮੈਂ ਪਿੱਛੇ ਬੈਠਾ ਦਾਣਿਆਂ ਦੇ, ਦਾਣੇ ਲੈ ਕੇ ਪਹੁੰਚਦੇ ਹਾਂ ਘਰ, ਫਿਰ ਜਾ ਕੇ ਤੁਹਾਨੂੰ ਸਰਪ੍ਰਾਈਜ਼ ਲੈ ਕੇ ਉਹ ਵੀ ਦਿਖਾਉਂਦੇ ਹਾਂ। ਫਾਈਨਲੀ ਜੀ ਅਸੀਂ ਘਰ ਪਹੁੰਚ ਆਏ ਹਾਂ, ਟਾਈਮ 8 ਵਜੇ ਦਾ ਹੋ ਗਿਆ, ਹਨੇਰਾ ਹੋ ਗਿਆ, ਦਾਣੇ ਛਾਣੇ ਮੈਂ ਲਵਾ ਲਵਾਂ, ਉਸਤਾਦ ਨੂੰ ਬਹੁਤ ਕਾਹਲੀ ਹੈ, ਉਸਤਾਦ ਕਹਿੰਦਾ ਛੇਤੀ ਛੇਤੀ ਲਾ ਬਸ ਚੱਲੀਏ, ਦਾਣੇ ਲਵਾ ਲਵਾਂ ਫਿਰ ਜਿਹੜਾ ਸਰਪ੍ਰਾਈਜ਼ ਲੈ ਕੇ ਆਇਆ ਉਸ ਤੋਂ ਬਾਅਦ ਤੁਹਾਨੂੰ ਉਹ ਦਿਖਾਉਂਦਾ। ਦਾਣੇ ਉਸਤਾਦ ਲਾ ਗਿਆ ਵਾ, ਦਾਣੇ ਦੇ ਬੋਰੇ ਆਉਣੇ ਸੀ 10 ਮੇਰੇ ਸੀਗੇ, 7 ਉਸਤਾਦ ਦੇ, 17 ਬੋਰੇ ਸੀਗੇ ਟੋਟਲ। ਹੁਣ ਉਸਤਾਦ ਦੇ ਰਸ਼ਕੇ ਦੇ ਵਿੱਚ ਇੰਨੀ ਕਪੈਸਿਟੀ ਨਹੀਂ ਸੀ, ਉਹ ਜ਼ੋਰ ਨਹੀਂ ਚੁੱਕ ਸਕਦਾ, ਫਿਰ 4 ਬੋਰੇ ਮੇਰੇ ਲੈ ਕੇ ਆਏ ਆ, 7 ਉਸਤਾਦ ਦੇ, ਹੁਣ 6 ਬੋਰੇ ਰਹਿ ਗਏ ਆ, ਕੱਲ੍ਹ ਜਾਂ ਪਰਸੋਂ ਨੂੰ ਫਿਰ ਗੇੜਾ ਲਾਉਣਾ ਪਏਗਾ ਸਾਨੂੰ, ਫਿਰ ਜਾ ਕੇ ਬਾਕੀ ਬੋਰੇ ਵੀ ਚੁੱਕ ਕੇ ਲਿਆਵਾਂਗੇ। ਅਤੇ ਰਹੀ ਗੱਲ ਸਰਪ੍ਰਾਈਜ਼ ਦੀ, ਅਤੇ ਤੁਹਾਨੂੰ ਹੁਣੀ ਸਰਪ੍ਰਾਈਜ਼ ਦਿਖਾਉਂਦੇ ਹਾਂ ਜ਼ਰਾ। ਹਾਂਜੀ, ਅਤੇ ਫਾਈਨਲੀ ਉਹ ਟਾਈਮ ਆ ਗਿਆ ਵਾ ਕਿ ਤੁਹਾਨੂੰ ਹੁਣ ਦੱਸੀਏ ਕਿ ਅਸੀਂ ਕੀ ਲੈ ਕੇ ਆਏ ਹਾਂ। ਗਿਫਟ ਆ, ਮੈਂ ਤੁਹਾਡੇ ਨਾਲ ਬੜਾ ਅਰਸਾ ਪਹਿਲੇ ਗੱਲ ਕਰਦਾ ਰਿਹਾ ਵਾਂ, ਫਿਰ ਚੰਦ ਦਿਨ ਪਹਿਲੇ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ ਸੀਗਾ ਕਿ ਮੈਂ ਕੁਛ ਲੈ ਕੇ ਆਉਣਾ ਵਾਂ ਅਤੇ ਤੁਹਾਨੂੰ ਦਿਖਾਉਣਾ ਵਾਂ ਅਤੇ ਫਿਰ ਕੰਮ ਸ਼ੁਰੂ ਕਰਨਾ, ਇਹ ਮੇਰੀ ਖੁਆਇਸ਼ ਸੀਗੀ ਅਤੇ ਮੈਂ ਲੈ ਆਇਆ। ਅਬਦੁੱਲਾ ਦੱਸ ਫਿਰ, ਦਿਖਾ ਦਈਏ ਇਹਨਾਂ ਨੂੰ ਹੁਣ। ਨਹੀਂ ਨਹੀਂ ਬਾਈ, ਹਾਲੇ ਤੂੰ ਦਿਖਾਉਣਾ ਇਹਨਾਂ ਨੂੰ, ਗੈਸ ਕਰਨ ਪਹਿਲਾਂ ਅਸੀਂ ਕੀ ਲੈ ਗਏ, ਤੁਸੀਂ ਇਹਨਾਂ ਨੂੰ ਦੱਸਣੀ ਦੇ। ਗੈਸ ਕਰੋ, ਅੰਦਾਜ਼ਾ ਲਾਓ ਭਲਾ ਕੀ ਆ, ਆਹ ਪਿਆ ਸਰਪ੍ਰਾਈਜ਼ ਤੁਹਾਡਾ, ਦੱਸੋ ਭਲਾ ਅੰਦਾਜ਼ਾ ਲਾਓ। ਚਲੋ ਹੁਣ ਤੁਹਾਨੂੰ ਮੈਂ ਦਿਖਾ ਦਿੰਦਾ ਵਾ, ਫਿਰ ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸਣਾ ਮੈਨੂੰ ਕਿ ਤੁਸੀਂ ਅੰਦਾਜ਼ਾ ਕੀਤਾ ਸੀਗਾ ਨਹੀਂ ਕੀਤਾ, ਅੰਦਾਜ਼ੇ ਨਾਲ ਤੁਸੀਂ ਕੀ ਸੋਚਿਆ ਸੀਗਾ ਕੀ ਲੈ ਕੇ ਆਵਾਂਗਾ। ਚੱਲ ਅਬਦੁੱਲਾ ਖੋਲ, ਅੱਜ ਦਿਖਾਈਏ ਆਪਣੀ ਆਡੀਅੰਸ ਨੂੰ, ਖੋਲ ਖੋਲ ਖੋਲ, ਸਰਪ੍ਰਾਈਜ਼। ਲਓ ਜੀ, ਤੁਹਾਡਾ ਭਰਾ ਲੈ ਆਇਆ ਇੱਕ ਤੋਤਾ, ਆਸਟ੍ਰੇਲੀਅਨ ਚਿੜੀਆਂ, ਇਹ ਨਾ ਡਰ ਗਈਆਂ, ਸਹਿਮੀਆਂ ਸਹਿਮੀਆਂ ਨੇ, ਤੋਤਾ ਵੀ ਸਹਿਮਿਆ ਸਹਿਮਿਆ ਵਾ ਇੱਧਰ। ਇਹ ਹਜੇ ਨਾ ਮੈਂ ਪਿੰਡੋਂ ਰਸ਼ਕੇ 'ਤੇ ਲੈ ਕੇ ਆਇਆ, ਤੁਹਾਨੂੰ ਪਤਾ ਹੀ ਆ, ਰਸ਼ਕੇ 'ਤੇ ਗਿਆ ਸੀਗਾ ਕਣਕ ਲੈਣ, ਅਤੇ ਉੱਥੋਂ ਰੱਖ ਕੇ ਲੈ ਆਇਆ ਨਾਲ ਹੀ। ਇਹ ਸਹਿਮੇ ਸਹਿਮੇ ਆ, ਜੇ ਆਹ ਇੱਕ ਅੰਦਰ ਬੈਠਾ ਅਤੇ ਬਾਹਰ ਹੀ ਨਹੀਂ ਆਉਣ ਦਿਆ, ਆਹ ਦੇਖੋ। ਅਤੇ ਸੁਬਹਾ ਇਹਦੇ ਵਿੱਚ ਲਿਆ ਕੇ ਕੁਛ ਐਪ ਆਵਾਂਗਾ, ਅਤੇ ਪਿੰਡ ਇੱਦਾਂ ਹੀ ਰਹਿਣ ਦਿਆ, ਅੱਜ ਕੋਈ ਤੂੜੀ ਛੂੜੀ ਪਾਉਣ ਲਿਆ ਕੇ, ਇਹਦੇ ਆ ਥੱਲੇ ਵਾਲਾ ਲਿਆਉਣਾ ਪੈਣਾ ਕਵਰ ਜਿਹੜਾ ਥੱਲੇ ਲੱਗਣਾ ਇੱਥੇ, ਕਿਉਂਕਿ ਨਹੀਂ ਤਾਂ ਬਿੱਠਾ ਕਰੇਗਾ ਤਾਂ ਥੱਲੇ ਗੰਦ ਪਾਏਗਾ, ਇਹਦੇ ਥੱਲੇ ਹੈ। ਸੰਭਾਲਣ ਦਾ ਤਾਂ ਸੋਚਿਆ ਹੀ ਨਹੀਂ, ਲੈ ਆਇਆ ਵਾਂ ਤਾਂ ਜਗ੍ਹਾ ਦਾ ਹੀ ਵਾ, ਕੋਈ ਹਿਸਾਬ ਨਹੀਂ ਲਾਇਆ ਉਹਨੂੰ ਰੱਖਣਾ ਕਿੱਥੇ ਕਿੱਥੇ ਨਹੀਂ ਆ। ਹੁਣ ਹਾਲੇ ਫਿਲਹਾਲ ਮੈਂ ਆਪਣੀਆਂ ਬੈਠਕ 'ਚ ਰੱਖ ਕੇ ਬੈਠਾ ਵਾਂ, ਹੈਂ, ਅਤੇ ਇਹ ਅੱਜ ਦੀ ਰਾਤ ਇਹਨਾਂ ਦੀ ਇੱਥੇ ਬੈਠਕ 'ਚ ਕਢਾਉਂਦੇ ਹਾਂ, ਅੱਜ ਦੀ ਰਾਤ ਇਹ ਬੈਠਕ 'ਚ ਕੱਢ ਲੈਣ, ਉਹ ਤੋਂ ਬਾਅਦ ਫਿਰ ਕੱਲ੍ਹ ਨੂੰ ਇਹਨਾਂ ਦਾ ਕੋਈ ਲਾਉਂਦੇ ਹਾਂ ਹਿਸਾਬ, ਇਹਨਾਂ ਨੂੰ ਫਿਰ ਕਿੱਥੇ ਰੱਖਣਾ, ਕਿਉਂ ਅਬਦੁੱਲਾ? ਨਹੀਂ, ਸੁਬਹਾ ਆਹ ਪਿੰਜਰੇ ਆ ਟੰਗੇ ਜਾਣੇ ਬਾਹਰ ਦੀਵਾਰਾਂ ਦੇ ਨਾਲ, ਜਗ੍ਹਾ ਕਾਫੀ ਆ, ਇਸ ਟਾਈਮ ਬਾਹਰ ਵੀਡੀਓ ਨਹੀਂ ਬਣਨੀ, ਉਹਦੀ ਵਜ੍ਹਾ ਇਹ ਆ ਕਿ ਆਪਣਾ ਬਾਹਰ ਹਨੇਰਾ ਹੋਣਾ ਵਾ, ਅਤੇ ਐਡਾ ਚੰਗਾ ਮੇਰਾ ਰਿਜ਼ਲਟ ਕੋਈ ਨਹੀਂ ਕਿ ਹਨੇਰੇ 'ਚ ਵੀਡੀਓ ਬਣ ਸਕੇ, ਅਤੇ ਫਿਲਹਾਲ ਇਹ ਕੁਛ ਹੀ ਸੀਗਾ। ਹੁਣ ਮੈਂ ਉਹ ਮਾਨੀ ਭਾਈ ਨੂੰ ਪੁੱਛਾਂਗਾ ਫੋਨ ਕਰਕੇ ਕਿ ਇਹਨੂੰ ਕੀ ਪਾਇਆ ਕਰਨਾ, ਇਹਦਾ ਪੂਰਾ ਮੈਨਿਊ ਮੈਨੂੰ ਦੱਸਿਆ ਸੀਗਾ ਵੀ ਹੁਣ ਇਹ ਮੇਰੀ ਨਸਲ ਕਿਹੜੀ ਆ, ਇਹ ਨਹੀਂ ਮੈਨੂੰ ਪਤਾ। ਮਾਨੀ ਭਾਈ ਕਹਿੰਦੇ ਇਹ ਬੋਲਦਾ ਵਾ ਅਤੇ ਬੋਲਦਾ ਬਸ ਇੰਨਾ ਹੀ ਆ, ਮੀਆਂ ਮਿੱਟੂ ਬਸ ਇੰਨਾ ਹੀ ਕਰਦਾ। ਇਹਨੂੰ ਹੁਣ ਆਪਾਂ ਹੌਲੀ ਹੌਲੀ ਬੋਲਣਾ ਵੀ ਸਿਖਾਉਣਾ, ਉਹ ਤਰੀਕਾਕਾਰ ਕੀ ਆ, ਕਿੱਦਾਂ ਬੋਲਣਾ ਸਿਖਾਈਦਾ ਵਾ, ਉਹ ਤੁਸੀਂ ਮੈਨੂੰ ਦੱਸਣਾ ਕਿਉਂਕਿ ਮੈਨੂੰ ਨਹੀਂ ਪਤਾ ਹੈ। ਬਾਕੀ ਹੁਣ ਅੱਜ ਦੀ ਵੀਡੀਓ ਮੇਰੇ ਹਿਸਾਬ ਨਾਲ ਇੱਥੇ ਤੱਕ ਕੀ, ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਅਤੇ ਸ਼ੇਅਰ ਕਰ ਦੇਣਾ ਵਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵਾ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਵਾ। ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼। ਬੋਲਣ ਲੱਗ ਪਈਆਂ, ਪਹਿਲੇ ਤਾਂ ਚੁੱਪ ਕੀਤੀਆਂ ਸੀਗੀਆਂ, ਜਦੋਂ ਦਾ ਮੈਂ ਲੈ ਕੇ ਆਇਆ ਉਦੋਂ ਤਾਂ ਸਹਿਮੇ ਸੀਗੇ, ਚੁੱਪ ਕੀਤੇ ਸੀ, ਹੁਣ ਬੋਲਣ ਲੱਗ ਪਏ। ਤੋਤਾ ਚੁੱਪ ਹੀ ਆ, ਆਹ ਚਿੜੀਆਂ ਬੋਲਣ ਨਹੀਂਆਂ ਨੇ। ਸੁਬਹਾ ਇਹਨਾਂ ਦੀ ਜਗ੍ਹਾ ਦਾ ਕੋਈ ਲਾਉਂਦੇ ਹਿਸਾਬ, ਇਹਨਾਂ ਨੂੰ ਨਾ ਕਿੱਥੇ ਰੱਖਣਾ, ਕੀ ਤਰੀਕਾਕਾਰ ਕਰਨਾ, ਅੱਜ ਦੀ ਰਾਤ ਇਹਨਾਂ ਦੀ ਇੱਥੇ ਬੈਠਕ 'ਚ ਕਢਾਉਂਦੇ ਹਾਂ।